ਹੁਣ ਚੇਂਜ ਕੀ ਕਰਿਆ ਜੀ ਸਟੈਂਜ ਦਾ? ਚੇਂਜ ਜਿਹੜਾ ਪਹਿਲਾਂ ਸੁਪਰ ਪਲੱਸ ਆਉਂਦਾ ਸੀਗਾ, ਇੱਕ ਤਾਂ ਮਤਲਬ ਸਟਿੱਕਰ ਜਾਂ ਹੋਲੋਗ੍ਰਾਮ ਵਗੈਰਾ ਚੇਂਜ ਕਰਤੇ ਹੈਗੇ ਜੀ, ਲੈਡ ਦੇ ਵਿੱਚ DLR ਆ ਗਿਆ, ਇੰਡੀਕੇਟਰ ਜਿਹੜੇ ਹੈਗੇ ਨਵੇਂ ਆ ਗਏ, ਜਿਹਨੂੰ ਆਪਾਂ ਪਹਿਲਾਂ ਸਪੈਸ਼ਲ ਐਡੀਸ਼ਨ ਚ ਦਿੰਦੇ ਸੀ, ਮੀਟਰ ਚੇਂਜ ਕਰਤਾ ਜਿਹੜੀ ਉਹਦੀ ਲੁੱਕ ਆ ਉਹ ਚੇਂਜ ਕਰਤੀ ਹੈ ਨਾ। ਦੇਖੋ ਚੇਂਜ ਮਤਲਬ 50 HP ਦਾ ਟਰੈਕਟਰ ਹੈਗਾ, 50 ਕੈਟਾਗਰੀ ਦਾ, ਇਹਦੇ ਵਿੱਚ ਜਿਹੜੀ ਹੈ 46 horsepower 46 ਹੈ PTO, PTO ਮਿਲਦੀ ਹੈ 50 ਦੀ, ਪਲੇਟਫਾਰਮ ਚ ਜਿਹੜਾ ਇਹਦਾ ਫਰਕ ਪਾਤਾ ਆਪਾਂ ਪਿੱਛੇ ਪਹਿਲਾਂ ਇਹਦੇ ਜਿਹੜੇ ਸੰਗਲ ਸੀਗੇ, ਠੀਕ ਹੈ ਜੀ, ਲੋਕਲ ਭਾਸ਼ਾ ਚ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹ ਸਟੇ ਬਾਰ ਆ ਗਈਆਂ, ਠੀਕ ਹੈ ਜੀ, ਠੀਕ ਹੈ। ਜਿਹੜੀ ਅਸਿਸਟ ਆਰਮ ਹੈਗੀ ਆ ਲਿਫਟ ਕਪੈਸਿਟੀ ਵਾਸਤੇ, ਉਹ ਪਹਿਲਾਂ ਵੀ ਆਉਂਦੀ ਸੀਗੀ ਸੁਪਰ ਪਲੱਸ ਨੂੰ, ਲਿਫਟ ਕਪੈਸਿਟੀ ਕਿੰਨੀ ਹੈ ਜੀ ਇਹਦੀ? 23-24 ਕੁਇੰਟਲ ਦੇ ਕਰੀਬ ਆਉਂਦੀ ਹੈਗੀ ਆ ਜੀ, ਠੀਕ ਹੈ, ਵਿਦ ਪੰਪ, ਬਿਲਕੁਲ ਜ਼ੀਰੋ ਹੋ ਗਈ, ਕਿਉਂਕਿ ਬਾਏ ਡਿਜ਼ਾਈਨ ਕੁਛ ਆਵਾਜ਼ ਹੈਗੀ ਆ, ਠੀਕ ਹੈ, ਕਾਫੀ ਚੀਜ਼ ਇਹਦੇ ਚ ਜਿਹੜੀਆਂ ਹੈਗੀਆਂ ਕੰਪਨੀ ਨੇ ਕਾਫੀ ਚੀਜ਼ਾਂ ਛੋਟੀ ਛੋਟੀਆਂ ਕਾਫੀ ਜਿਹੜੀਆਂ ਤੇ ਐਡਜਸਟ ਕੀਤੀਆਂ। ਕਈ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਫਿਕਸ ਐਕਸਲ ਜਾਂ ਫਿਕਸ ਐਕਸਲ ਦਿੰਦੀਆਂ ਜਾਂ ਆਪਸ਼ਨਲ, ਜਿਹੜਾ 4 ਵੀਲ ਟਰੈਕਟਰ ਆ ਉਹਦੇ ਚ ਫੰਕਸ਼ਨ ਸੇਮ ਆ ਜਾਂ ਕੁਝ ਅਪਗ੍ਰੇਡ? ਨਹੀਂ, ਬਸ ਫਰੰਟ ਐਕਸਲ 4 ਵੀਲ ਹੈ ਜਿਹੜਾ, ਬਾਕੀ ਸਾਰਾ ਕੁਝ ਸੇਮ ਹੋਊਗਾ। ਇਹਦਾ ਆਰਪੀਐਮ ਕਿੰਨੇ ਰੇਟਡ ਆਰਪੀਐਮ ਆ ਜੀ? ਰੇਟਡ 2100 2100 ਰੇਟਡ ਆ। ਪੀਟੀਓ ਕਿੰਨੀ ਆਪਸ਼ਨ ਹੈ ਜੀ? ਪੀਟੀਓ ਦੇ ਚ 540 ਹੈ, ਠੀਕ ਹੈ ਜੀ, ਤੇ ਬਾਕੀ ਹਾਂ ਗੇਰਾਂ ਚ, ਠੀਕ ਹੈ, ਹਾਂ। ਇਹ ਕਰਿੰਡਰ ਇਹਨੂੰ ਇਹਨੂੰ ਬੈਟਰ ਬੈਟਰ, ਅੱਛਾ, ਠੀਕ ਹੈ ਜੀ। ਜਿਵੇਂ ਸਾਈਡ ਤੋਂ ਸਲਾਂਸਰ ਇੱਕ ਤਾਂ ਦੇਖਦਾ ਜੀ ਸਾਈਡ ਤੇ, ਹੋਰ ਕੀ ਕੀ ਮਤਲਬ ਮੈਂ ਇਹਦੇ ਚ ਹੀਟ ਗਾਰਡ ਲਾਤੇ ਹੈਗੇ ਜੀ, ਠੀਕ ਹੈ, ਥੋੜੀ ਲੁੱਕ ਵੀ ਘੈਂਟ ਹੈ ਮਤਲਬ ਬਣਦੀ ਹੈ, ਠੀਕ ਹੈ। ਤੇ ਜੇ ਆਪਾਂ ਦੇਖੋਗੇ ਪਾਇਦਾਨ ਉੱਚਾ ਕਰਤਾ, ਸਟੈਪ ਡਬਲ ਕਰਤੇ ਹੈਗੇ, ਸੀਟ ਵੱਡੀ ਕਰਤੀ, ਸਟੀਅਰਿੰਗ ਆਪਾਂ ਚੇਂਜ ਕਰਤਾ, ਕਾਲਮ ਦੀ ਥੋੜੀ ਜਿਹੀ ਲੁੱਕ ਵਧਾਤੀ ਜੀ। ਤੇ ਜੇ ਆਪਾਂ ਬੈਠ ਕੇ ਦੇਖੋਗੇ ਕੰਫਰਟੇਬਿਲਟੀ ਟਰੈਕਟਰ ਦੀ ਜਿਹੜੀ ਹੈਗੀ ਆ, ਜਿਵੇਂ ਸਪੈਸ਼ਲ ਐਡੀਸ਼ਨ ਨੂੰ ਸੀਟ ਹੁੰਦੀ ਸੀ ਉਹੀ, ਹਾਂ ਹਾਂ, ਮਤਲਬ ਲੋਕਾਂ ਦਾ ਮਨ ਹੁੰਦਾ ਸੀਗਾ ਵੀ ਸਪੈਸ਼ਲ ਐਡੀਸ਼ਨ ਹੀ ਲੈਣਾ, ਠੀਕ ਹੈ, ਉਹ ਚੀਜ਼ ਨੂੰ ਕਾਫੀ ਇਹਨਾਂ ਨੇ ਉਹਦੇ 'ਚ ਉਹ ਕਰਤਾ ਹੈਗਾ। ਬਾਕੀ ਜਿਹੜੇ ਮੇਨ ਫੀਚਰ ਹੈ ਜਿਵੇਂ ਇਹਦੇ 'ਚ ਲਿਫਟ ਹੈਗੀ ਆ 24 sensor-matic, ਮਤਲਬ ਤੁਸੀਂ ਲਿਫਟ ਦੀਆਂ 24 ਤਰ੍ਹਾਂ ਦੀਆਂ ਖੇਤ ਦੇ ਹਿਸਾਬ ਨਾਲ ਐਡਜਸਟਮੈਂਟ ਕਰ ਸਕਦੇ ਜੀ, ਜਾਂ ਆਪਣਾ ਕਲੱਚ ਦਾ ਸਿਸਟਮ ਹੈਗਾ ਜਾਂ ਲੀਵਰ ਜਿਹੜੇ ਲਿਫਟ ਦੇ ਹੈਗੇ ਕੰਟਰੋਲ ਹੈ ਉਹ ਐਜ਼ ਇਟ ਇਜ਼ ਜਿਵੇਂ ਆਪਣੇ ਪਹਿਲਾਂ ਤੋਂ ਆਉਂਦੇ ਹੈਗੇ ਜੀ,
ਕੁਝ ਚੀਜ਼ਾਂ ਜਿਹੜੀਆਂ ਕਿ ਗ੍ਰੇਸ ਨੂੰ ਵਧਾਉਂਦੀਆਂ ਉਹ ਆਪਾਂ ਕੰਪਨੀ ਨੇ ਐਡ ਆਨ ਕੀਤੀਆਂ ਇਸ ਟ੍ਰੈਕਟਰ 'ਚ। ਲੁੱਕ ਵਾਈਜ਼ ਦਾ ਵੀ ਬਹੁਤ ਜ਼ਿਆਦਾ ਫਰਕ ਪਿਆ ਲੋ ਚੀਜ਼ ਨੂੰ, ਜਿਵੇਂ ਅੱਜ ਦੀ ਜਿਹੜੀ ਨਿਊ ਜਨਰੇਸ਼ਨ ਹੈ ਕੰਮ ਦੇ ਨਾਲ ਨਾਲ ਉਹ ਜਿਹੜੀ ਲੁੱਕ ਨੂੰ ਵੀ ਥੋੜ੍ਹਾ ਅਟਰੈਕਟ ਹੁੰਦੇ ਆ, ਪ੍ਰਭਾਵਿਤ ਹੁੰਦੀ ਹੈ ਚੀਜ਼, ਅਤੇ ਉਹ ਚੀਜ਼ ਕੰਪਨੀ ਨੇ ਇਹਦੇ 'ਚ ਜਿਹੜੀ ਹੈ ਐਡ ਆਨ ਕੀਤੀ। ਠੀਕ ਹੈ ਜੀ, ਜਾਣੀ ਹੁਣ ਇਸ ਆਪਣੀ ਤੁਹਾਡੇ ਸਾਲਾਂ ਪਰ ਅਵੇਲੇਬਲ ਹੈਗੇ ਜੀ ਕਿਸੇ ਪਰਚੇਸ ਕਰਨ? ਬਿਲਕੁਲ ਜੀ ਬਿਲਕੁਲ, ਆਪਣੇ ਕੋਲ ਸਟਾਕ 'ਚ ਰਹਿੰਦਾ। ਤੁਸੀਂ ਟੂ ਵੀਲ ਲੈਣਾ, ਫੋਰ ਵੀਲ ਲੈਣਾ ਅਤੇ ਟਰੈਕਟਰ ਤੁਸੀਂ ਓਨਰਸ਼ਿਪ ਰਿਵਿਊ ਵੀ ਆਪਾਂ ਨੇ ਦੱਸਿਆ ਅਤੇ ਕੰਪਨੀ ਦੇ ਪ੍ਰੋਪਰ ਹਨ ਸਪੈਸੀਫਿਕੇਸ਼ਨ ਵੀ ਦੱਸੇ ਆ। ਇਹ ਨਾਲ ਸੀਗੇ ਹੁਣ ਆਪਣੇ ਭੀਮ ਸਿੰਘ ਹਨ ਜਿਹੜੇ ਡੀਲਰ ਸੀਗੇ ਜੀ ਇਹ ਨਿਊ ਹਲੈਂਡ ਦੇ, ਅਤੇ ਫਸਟ ਟਰੈਕਟਰ ਜੀ ਆਪਣਾ ਰੋਪੜ ਜ਼ਿਲ੍ਹੇ ਦਾ। ਕਿਸੇ ਨੇ ਵੀ ਕੋਈ ਵੀ ਇਨਕੁਆਇਰੀ ਲੈਣੀ ਹੋਵੇ ਹੈ ਨਾ, ਜਿਹੜੇ ਨੰਬਰ ਨੀਚੇ ਚੱਲਦੇ ਨਾ ਤੁਸੀਂ ਪੁੱਛ ਸਕਦੇ ਹੋ। ਬਾਕੀ ਕੋਈ ਵੀ ਹੈ ਨਾ ਨਵੀਂ ਵੀਡੀਓ 'ਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਟਰੈਕਟਰ ਰਿਲੇਟਡ ਕਮੈਂਟ ਕਰ ਸਕਦੇ ਹੋ ਤੁਸੀਂ ਜਾਂ ਫੋਨ ਕਰ ਸਕਦੇ ਹੋ। ਥੈਂਕ ਯੂ ਜੀ।